ਅੱਜ ਅਸੀਂ ਤੁਹਾਨੂੰ ਕਰਾਉਣ ਜਾ ਰਹੇ ਹਾਂ ਬੁਲਟਸ ਐਂਡ ਨੰਬਰਿੰਗ। ਇਸ ਵਿੱਚ ਅਸੀਂ ਜਿਸ ਵੀ ਤਰੀਕੇ ਦੇ ਬੁਲਟਸ ਐਂਡ ਨੰਬਰਿੰਗ ਦੇਣੇ ਹੋਣ ਅਸੀਂ ਉਸ ਤਰੀਕੇ ਦੇ ਬੁਲਟਸ ਐਂਡ ਨੰਬਰਿੰਗ ਵੀ ਆਪਣੇ ਟੈਕਸਟ ਨੂੰ ਦੇ ਸਕਦੇ ਹਾਂ। ਲਾਈਕ ਇਸ ਲਈ ਅਸੀਂ ਇਸ ਬੁਲਟ ਐਂਡ ਨੰਬਰਿੰਗ ਨੂੰ ਸਿਲੈਕਟ ਕਰਕੇ ਜਦੋਂ ਓਕੇ ਕਰਾਂਗੇ ਤੁਸੀਂ ਦੇਖੋਗੇ ਕਿ ਇਸ ਤਰੀਕੇ ਦੇ ਬੁਲਟਸ ਐਂਡ ਨੰਬਰਿੰਗਸ ਆ ਗਏ। ਅਗਰ ਅਸੀਂ ਫਾਰਮੈਟ ਦੇ ਵਿੱਚ ਜਾ ਕੇ ਬੁਲਟ ਐਂਡ ਨੰਬਰਿੰਗ ਇਸ ਤਰੀਕੇ ਦੇ ਕਰ ਦਾਂਗੇ ਓਕੇ ਕਰਾਂਗੇ ਤਾਂ ਉਸ ਤਰੀਕੇ ਦੇ ਬੁਲਟਸ ਐਂਡ ਨੰਬਰਿੰਗ ਆ ਜਾਣਗੇ। ਅਗਰ ਫਾਰਮੈਟ ਦੇ ਵਿੱਚ ਜਾ ਕੇ ਬੁਲਟਸ ਐਂਡ ਨੰਬਰਿੰਗ ਵਿੱਚ ਅਸੀਂ ਨੰਬਰ 'ਤੇ ਕਲਿੱਕ ਕਰਕੇ 1, 2, 3 ABC ਜਾਂ ਰੋਮਨ 'ਤੇ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਰੋਮਨ ਦੇ ਵਿੱਚ ਬੁਲਟਸ ਐਂਡ ਨੰਬਰਿੰਗ ਤੁਹਾਡੇ ਸਾਹਮਣੇ ਆ ਜਾਣਗੇ। ਇਸ ਤਰੀਕੇ ਨਾਲ ਬੁਲਟਸ ਐਂਡ ਨੰਬਰਿੰਗ ਦੇ ਵਿੱਚ ਜੋ ਵੀ ਤੁਸੀਂ ਬੁਲੇਟਡ ਜਾਂ ਨੰਬਰ ਦੇ ਵਿੱਚੋਂ ਜੋ ਵੀ ਤੁਸੀਂ ਬੁਲਟਸ ਐਂਡ ਨੰਬਰਿੰਗਸ ਦੇਣਾ ਚਾਹੁੰਦੇ ਹੋ ਉਹ ਤੁਸੀਂ ਦੇ ਸਕਦੇ ਹੋ। ਅਗਰ ਆਊਟਲਾਈਨ ਨੰਬਰ 'ਤੇ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਆਊਟਲਾਈਨ ਨੰਬਰ ਆ ਜਾਵੇਗਾ। ਅਗਰ ਅਸੀਂ ਆਰਟੀਕਲ 'ਤੇ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਤੁਸੀਂ ਦੇਖੋਗੇ ਹਰੇਕ ਦੇ ਗਾੜੀ ਆਰਟੀਕਲ 1, ਆਰਟੀਕਲ 2, ਆਰਟੀਕਲ 3, ਆਰਟੀਕਲ 4 ਆ ਗਿਆ। ਇਸ ਤਰੀਕੇ ਨਾਲ ਫਾਰਮੈਟ ਦੇ ਵਿੱਚ ਜੋ ਵੀ ਅਸੀਂ ਬੁਲਟਸ ਐਂਡ ਨੰਬਰਿੰਗ ਦੇਣੀ ਹੋਵੇ ਅਸੀਂ ਦੇ ਸਕਦੇ ਹਾਂ। ਇਸ ਤੋਂ ਅੱਗੇ ਸਾਡੇ ਕੋਲ ਨੈਕਸਟ ਆਪਸ਼ਨ ਹੈ ਬਾਰਡਰਸ ਐਂਡ ਸ਼ੇਡਿੰਗ। ਫਾਰਮੈਟ ਦੇ ਵਿੱਚ ਅਸੀਂ ਜਦੋਂ ਬਾਰਡਰ ਐਂਡ ਸ਼ੇਡਿੰਗ 'ਤੇ ਜਾਵਾਂਗੇ ਤਾਂ ਇਸ ਵਿੱਚ ਅਲੱਗ ਅਲੱਗ ਬਾਰਡਰਸ ਨੇ ਜੋ ਤੁਸੀਂ ਲੈ ਸਕਦੇ ਹੋ। ਲਾਈਕ 3D ਜੋ ਵੀ ਤੁਸੀਂ ਬਾਰਡਰ 'ਤੇ ਕਲਿੱਕ ਕਰੋਗੇ ਉਸੇ ਤਰੀਕੇ ਦਾ ਬਾਰਡਰ ਤੁਹਾਡੇ ਜੋ ਟੈਕਸਟ ਹੈ ਉਸ ਉੱਪਰ ਬਣ ਜਾਵੇਗਾ। ਤੁਸੀਂ ਬਾਰਡਰ ਦੇ ਵਿੱਚ ਸਟਾਈਲ ਕਿਹੋ ਜਿਹਾ ਯੂਜ਼ ਕਰਨਾ ਚਾਹੁੰਦੇ ਜੀ ਉਹ ਸਟਾਈਲ 'ਤੇ ਤੁਸੀਂ ਕਲਿੱਕ ਕਰੋਗੇ। ਲਾਈਕ ਅਸੀਂ ਇਸ ਸਟਾਈਲ ਨੂੰ ਲੈ ਰਹੇ ਹਾਂ ਜਿਸ ਵਿੱਚੋਂ ਬਾਕਸ ਲੈ ਰਹੇ ਹਾਂ ਪੂਰਾ, ਅਤੇ ਇਸਦਾ ਕਲਰ ਅਗਰ ਤੁਸੀਂ ਚੇਂਜ ਕਰਨਾ ਹੋਵੇ ਕਲਰ ਵੀ ਚੇਂਜ ਕਰ ਸਕਦੇ ਹੋ ਜੋ ਤੁਸੀਂ ਕਲਰ ਰੱਖਣਾ ਚਾਹੁੰਦੇ ਹੋ। ਅਤੇ ਵਿਡਥ ਲਾਈਕ ਜੋ ਇਹ ਲਾਈਨਿੰਗ ਹੈ ਬਾਰਡਰ ਸਟਾਈਲ ਦੇ ਵਿੱਚ ਅਗਰ ਇਸ ਲਾਈਨਿੰਗ ਦੀ ਵਿਡਥ ਜ਼ਿਆਦਾ ਰੱਖਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਤੋਂ ਵਿਡਥ ਇਨਕਰੀਜ਼ ਵੀ ਕਰ ਸਕਦੇ ਹੋ। ਇਸ ਦੇ ਵਿੱਚ ਅਗਰ ਇਸ ਜਗ੍ਹਾ 'ਤੇ ਕਲਿੱਕ ਕਰ ਦੇਵਾਂਗੇ ਤਾਂ ਉੱਪਰਲੀ ਸਾਡਾ ਬਾਰਡਰ ਨਹੀਂ ਆਵੇਗਾ। ਅਗਰ ਇਸ ਜਗ੍ਹਾ ਕਰ ਦਾਂਗੇ ਤਾਂ ਬਾਰਡਰ ਜੋ ਸੈਂਟਰ ਵਿੱਚ ਆ ਜਾਏਗਾ, ਇਸ ਤਰੀਕੇ ਨਾਲ 2 ਬਾਕਸ ਦੇ ਵਿੱਚ ਡਿਵਾਈਡ ਹੋ ਜਾਵੇਗਾ। ਅਗਰ ਇਸ ਤਰੀਕੇ ਨਾਲ ਕਰ ਦਾਂਗੇ ਤਾਂ ਉੱਪਰ ਵਾਲੀ ਅਤੇ ਸਲੜੀ ਵਾਲੀ ਸਾਈਡ ਬਾਰਡਰ ਨਹੀਂ ਆਏਗਾ। ਅਗਰ ਇੱਧਰ ਕਲਿੱਕ ਕਰ ਦੇਵਾਂਗੇ ਤਾਂ ਇਸ ਸਾਈਡ ਨਹੀਂ ਆਏਗਾ। ਅਗਰ ਇਸ 'ਤੇ ਕਲਿੱਕ ਕਰ ਦੇਵਾਂਗੇ ਤਾਂ ਦੋਵੇਂ ਸਾਈਡ ਲਾਈਨਸ ਨਹੀਂ ਆਉਣਗੀਆਂ। ਅਗਰ ਇਸ ਜਗ੍ਹਾ 'ਤੇ ਕਲਿੱਕ ਕਰ ਦੇਵਾਂਗੇ ਤਾਂ ਬਿਲਕੁਲ ਉਸੇ ਤਰੀਕੇ ਦਾ ਬਾਰਡਰ ਜਿਸ ਤਰੀਕੇ ਨਾਲ ਅਸੀਂ ਸਿਲੈਕਟ ਕੀਤਾ ਹੋਇਆ। ਇਸ ਤੋਂ ਬਾਅਦ ਜਦੋਂ ਅਸੀਂ ਓਕੇ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਸਾਡਾ ਜੋ ਟੈਕਸਟ ਹੈ ਉਹ ਬਾਰਡਰ ਦੇ ਵਿੱਚ ਆ ਚੁੱਕਾ ਹੈ। ਇਸ ਤੋਂ ਬਾਅਦ ਪੇਜ ਬਾਰਡਰ, ਅਗਰ ਅਸੀਂ ਪੇਜ ਨੂੰ ਬਾਰਡਰ ਦੇਣਾ ਹੋਵੇ ਤਾਂ ਅਸੀਂ ਪੇਜ ਨੂੰ ਬਾਰਡਰ ਦੇ ਸਕਦੇ ਹਾਂ। ਅਸੀਂ ਪੇਜ ਨੂੰ ਬਾਰਡਰ ਦੇ ਕੇ ਇਸਦਾ ਕਲਰ ਗ੍ਰੀਨ ਰੱਖ ਰਹੇ ਹਾਂ। ਇਸ ਤੋਂ ਬਾਅਦ ਜਦੋਂ ਅਸੀਂ ਓਕੇ ਕਰਾਂਗੇ ਤੁਸੀਂ ਦੇਖੋਗੇ ਕਿ ਜੋ ਸਾਡਾ ਪੇਜ ਹੈ, ਪਹਿਲਾਂ ਅਸੀਂ ਟੈਕਸਟ ਨੂੰ ਬਾਰਡਰ ਦਿੱਤਾ ਸੀ, ਹੁਣ ਅਸੀਂ ਪੇਜ ਨੂੰ ਬਾਰਡਰ ਦੇ ਦਿੱਤਾ ਹੈ ਗ੍ਰੀਨ। ਜਦੋਂ ਤੁਸੀਂ ਫਾਈਲ ਦੇ ਵਿੱਚ ਜਾ ਕੇ ਪ੍ਰਿੰਟ ਪ੍ਰੀਵਿਊ ਦੇ ਵਿੱਚ ਵੇਖੋਗੇ ਕਿ ਇੱਥੇ ਸਾਡੇ ਪੇਜ ਨੂੰ ਇੱਕ ਬਾਰਡਰ ਲੱਗਾ ਹੋਏਗਾ ਅਤੇ ਇਸ ਜਗ੍ਹਾ ਅਸੀਂ ਟੈਕਸਟ ਨੂੰ ਬਾਰਡਰ ਦਿੱਤਾ ਸੀ। ਇਸ ਤਰੀਕੇ ਨਾਲ ਅਸੀਂ ਫਾਰਮੈਟ ਵਿੱਚ ਬਾਰਡਰ ਐਂਡ ਸ਼ੇਡਿੰਗ ਦੀ ਮਦਦ ਨਾਲ ਪੇਜ ਬਾਰਡਰ ਦੇ ਸਕਦੇ ਹਾਂ। ਅਗਰ ਸ਼ੇਡਿੰਗ ਦੇਣੀ ਹੋਵੇ ਤਾਂ ਅਸੀਂ ਜੋ ਵੀ ਸ਼ੇਡਿੰਗ 'ਤੇ ਕਲਿੱਕ ਕਰਕੇ ਉਹ ਸ਼ੇਡਿੰਗ ਦੇ ਸਕਦੇ ਹਾਂ। ਇਸ ਵਿੱਚੋਂ ਤੁਸੀਂ ਅਗਰ ਜੋ ਸਟਾਈਲ ਤੁਸੀਂ ਲੈਣਾ ਚਾਹੁੰਦੇ ਹੋ ਲੈ ਕੇ ਜਦੋਂ ਤੁਸੀਂ ਕਲਰ ਜੈਲੋ ਕਰਕੇ ਜਾਂ ਕੋਈ ਹੋਰ ਜੋ ਤੁਹਾਨੂੰ ਅੱਛਾ ਲੱਗਦਾ ਹੈ। ਇਸ ਤਰੀਕੇ ਦੀ ਅਗਰ ਤੁਸੀਂ ਲਾਈਨਿੰਗ ਚਾਹੁੰਦੇ ਹੋ, ਉਸ ਤੋਂ ਬਾਅਦ ਜਦੋਂ ਤੁਸੀਂ ਓਕੇ ਕਰੋਗੇ ਤਾਂ ਜੋ ਸਾਡਾ ਟੈਕਸਟ ਹੈ ਜਿਸ ਨੂੰ ਅਸੀਂ ਸਿਲੈਕਟ ਕੀਤਾ ਹੋਏਗਾ ਉਸ ਵਿੱਚ ਚੇਂਜ ਹੋ ਜਾਵੇਗਾ। ਲਾਈਕ ਅਸੀਂ ਤੁਹਾਡੇ ਸਾਹਮਣੇ ਇਸ ਟੈਕਸਟ ਨੂੰ ਸਿਲੈਕਟ ਕਰਕੇ ਇਸ ਉੱਪਰ ਸ਼ੇਡਿੰਗ ਦੇਣ ਲੱਗੇ ਹਾਂ। ਇਹਦਾ ਕਲਰ ਅਸੀਂ ਇਸ ਤਰੀਕੇ ਦਾ ਕਰ ਦਿੱਤਾ ਹੈ। ਥੱਲੇ ਸਟਾਈਲ ਚੇਂਜ ਕਰਕੇ ਜਦੋਂ ਅਸੀਂ ਓਕੇ ਕਰਾਂਗੇ ਤੁਸੀਂ ਦੇਖੋਗੇ ਉਸੇ ਹੀ ਤਰੀਕੇ ਦਾ ਟੈਕਸਟ ਉੱਪਰ ਸ਼ੇਡਿੰਗ ਲੱਗ ਚੁੱਕੀ ਹੈ। ਇਸ ਤਰੀਕੇ ਨਾਲ ਅਸੀਂ ਫਾਰਮੈਟ ਦੇ ਵਿੱਚ ਬਾਰਡਰ ਐਂਡ ਸ਼ੇਡਿੰਗ ਦਾ ਇਸਤੇਮਾਲ ਕਰਦੇ ਹਾਂ। ਅਗਰ ਅਸੀਂ ਆਪਣੇ ਟੈਕਸਟ ਨੂੰ ਬਾਰਡਰ ਦੇਣਾ ਹੋਵੇ ਜਾਂ ਪੇਜ ਨੂੰ ਬਾਰਡਰ ਦੇਣਾ ਹੋਵੇ ਜਾਂ ਟੈਕਸਟ ਨੂੰ ਸ਼ੇਡਿੰਗ ਦੇਣੀ ਹੋਵੇ ਤਾਂ ਅਸੀਂ ਫਾਰਮੈਟ ਵਿੱਚ ਬਾਰਡਰ ਐਂਡ ਸ਼ੇਡਿੰਗ ਇਸਤੇਮਾਲ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕੋਲਮਸ। ਜਦੋਂ ਅਸੀਂ ਕੋਲਮ 'ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਅਲੱਗ ਅਲੱਗ ਕੋਲਮ ਆ ਜਾਣਗੇ। ਲਾਈਕ ਤੁਸੀਂ 2 ਕੋਲਮ, ਲਾਈਕ ਐਗਜ਼ਾਮਪਲ ਵਜੋਂ ਤੁਸੀਂ ਇਸ ਜਗ੍ਹਾ ਇੱਕ ਸਪੇਸ ਰੱਖਣਾ ਚਾਹੁੰਦੇ ਹੋ ਅਤੇ ਤੁਹਾਡਾ ਟੈਕਸਟ ਜੋ ਇਸ ਸਾਈਡ ਰਾਈਟ ਸਾਈਡ 'ਤੇ ਸਿਰਫ ਲੈਫਟ ਸਾਈਡ ਆਏਗਾ, ਸੈਂਟਰ ਦੇ ਵਿੱਚ ਇੱਕ ਸਪੇਸਿੰਗ ਆ ਜਾਵੇਗੀ। ਅਗਰ 3 ਕੋਲਮ ਚਾਹੀਦੇ ਤੁਸੀਂ 3 ਕੋਲਮ ਲੱਗ ਸਕਦੇ ਹੋ। ਲੈਫਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਪ੍ਰੀਵਿਊ ਦੇ ਵਿੱਚ ਕਿ ਇਸ ਸਾਈਡ ਟੈਕਸਟ ਜ਼ਿਆਦਾ ਹੈ ਅਤੇ ਇਸ ਸਾਈਡ ਟੈਕਸਟ ਘੱਟ ਹੈ। ਅਗਰ ਰਾਈਟ ਦੇ ਵਿੱਚ ਵੇਖੋਗੇ ਟੈਕਸਟ ਲਿਖਣ ਲਈ ਜ਼ਿਆਦਾ ਹੈ ਅਤੇ ਇਸ ਸਾਈਡ ਘੱਟ ਹੈ। ਅਸੀਂ 2 ਵਾਲੀ 'ਤੇ ਰੱਖ ਕੇ ਜਦੋਂ ਅਸੀਂ ਓਕੇ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਬਿਲਕੁਲ ਸੈਂਟਰ ਦੇ ਵਿੱਚ ਸਪੇਸ ਆ ਗਈ। ਲਾਈਕ ਹੁਣ ਜੋ ਵੀ ਅਸੀਂ ਟੈਕਸਟ ਇਸ ਵਿੱਚ ਟਾਈਪ ਕਰਾਂਗੇ ਉਹ ਉਸ ਟੈਕਸਟ ਤੋਂ ਅੱਗੇ ਨਹੀਂ ਜਾਵੇਗਾ।
ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਰੂਲਰ ਦੇ ਵਿੱਚ ਜੋ ਕਾਲਮ ਬ੍ਰੇਕ ਲੱਗ ਚੁੱਕੀ ਹੈ, ਲਾਈਕ ਜੋ ਟੈਕਸਟ ਹੈ ਉਹ ਇਸ ਜਗ੍ਹਾ ਆਏਗਾ। ਅਗਰ ਤੁਸੀਂ ਕਿਸੇ ਦੇ ਨਾਮ ਲਾਈਕ ਇਸ ਤਰੀਕੇ ਨਾਲ ਟਾਈਪ ਕਰਦੇ ਹੋਏ, ਤੁਸੀਂ ਇਸ ਜਗ੍ਹਾ ਵੀ ਨਾਂ ਟਾਈਪ ਕਰਨੇ ਹਨ ਤਾਂ ਤੁਸੀਂ ਸਪੇਸ ਦੀ ਮਦਦ ਨਾਲ ਜਦੋਂ ਤੁਸੀਂ ਉਸ ਸਾਈਡ ਜਾਓਗੇ ਤਾਂ ਤੁਸੀਂ ਇਸ ਤਰੀਕੇ ਨਾਲ ਨਾਮ ਕ੍ਰੀਏਟ ਕਰ ਸਕਦੇ ਹੋ। ਇਸ ਤਰੀਕੇ ਨਾਲ ਅਸੀਂ ਕਾਲਮ ਬ੍ਰੇਕ ਦਾ ਇਸਤੇਮਾਲ ਕਰਦੇ ਹਾਂ। ਇਸ ਵਿੱਚ ਕਾਲਮ ਬ੍ਰੇਕ ਨੂੰ ਅਸੀਂ ਜਿੰਨੇ ਲੈਵਲ 'ਤੇ ਰੱਖਣਾ ਹੋਵੇ ਉਨੇ ਲੈਵਲ 'ਤੇ ਅਸੀਂ ਕਾਲਮ ਬ੍ਰੇਕ ਕਰ ਸਕਦੇ ਹਾਂ। ਲਾਈਕ 7.5 ਪ੍ਰੀਵਿਊ ਦੇ ਵਿੱਚ ਤੁਸੀਂ ਦੇਖ ਰਹੇ ਹੋ 4 ਕਾਲਮ ਬ੍ਰੇਕ ਲੱਗੀਆਂ ਹੋਈਆਂ ਨੇ। ਇਸ ਤੋਂ ਬਾਅਦ ਜਦੋਂ ਅਸੀਂ ਓਕੇ ਕਰਾਂਗੇ ਤਾਂ ਸਾਡੇ ਟੈਕਸਟ ਵਿੱਚ 4 ਕਾਲਮ ਬ੍ਰੇਕ, ਲਾਈਕ ਇੱਥੋਂ ਤੱਕ ਸੈਕਿੰਡ, ਥਰਡ, ਫੋਰਥ। ਇਸ ਤਰੀਕੇ ਨਾਲ ਵਰਕਿੰਗ ਦੌਰਾਨ ਤੁਹਾਨੂੰ ਜਿੰਨੀ ਕਾਲਮ ਬ੍ਰੇਕ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਓਨੀ ਕਾਲਮ ਬ੍ਰੇਕ ਰੱਖ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਅਗਰ ਕਾਲਮ ਬ੍ਰੇਕ ਨੂੰ ਅਸੀਂ ਰਿਮੂਵ ਕਰਨਾ ਹੋਵੇ ਤਾਂ ਅਸੀਂ 1 'ਤੇ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਕਾਲਮ ਬ੍ਰੇਕ ਰਿਮੂਵ ਹੋ ਜਾਵੇਗੀ। ਇਸ ਤੋਂ ਬਾਅਦ